ਕਰਦੇ ਐਸਐਸਪੀ ਤੇ ਤਬਾਦਲੇ ਦੇ ਸਬੰਧ ਦੇ ਵਿੱਚ ਅੱਜ ਗਵਰਨਰ ਸਾਹਿਬ ਨੇ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਲਿਖੀ। ਮੈਂ ਚਿੱਠੀ ਦੇਖ ਕੇ ਹੈਰਾਨ ਹਾਂ ਕਿ ਸਾਡੇ ਪੰਜਾਬ ਦਾ ਸੂਬਾ ਚੱਲ ਕਿਵੇਂ ਰਿਹਾ। ਮੁੱਖ ਮੰਤਰੀ ਸਾਹਿਬ ਨੇ ਲਿਖਿਆ ਸੀ ਕਿ ਸਾਡੇ ਕੋਲੋਂ ਪੈਨਲ ਮੰਗਿਆ ਨਹੀਂ ਗਿਆ, ਪਰ ਗਵਰਨਰ ਸਾਹਿਬ ਨੇ ਕਿਹਾ ਕਿ ਪਹਿਲਾਂ 28 ਤਰੀਕ ਨੂੰ ਮੈਂ ਚੀਫ ਸੈਕਟਰੀ ਨਾਲ ਗੱਲ ਕੀਤੀ, 30 ਤਰੀਕ ਨੂੰ DGP ਮਿਲ ਕੇ ਆਇਆ ਔਰ 30 ਤਰੀਕ ਨੂੰ ਹੀ ਐਡਵਾਈਜ਼ਰ ਨੇ ਗੱਲ ਕੀਤੀ ਤੇ ਪੈਨਲ ਮੰਗਿਆ। ਹੈਰਾਨੀ ਇਸ ਗੱਲ ਦੀ ਹੈ ਕਿ ਪੰਜਾਬ ਦੇ ਵਿੱਚ ਚੀਫ ਸੈਕਟਰੀ ਤੇ ਮੁੱਖ ਮੰਤਰੀ ਦੋਨਾਂ ਦੇ ਵਿੱਚ ਕੋਈ ਤਾਲਮੇਲ ਨਹੀਂ। ਹਾਸੋਹੀਣੀ ਚਿੱਠੀ ਗਵਰਨਰ ਸਾਹਿਬ ਨੂੰ ਲਿਖ ਦਿੱਤੀ ਤੇ ਉਹਨਾਂ ਨੇ ਅੱਗੋਂ ਜਵਾਬ ਦੇ ਕੇ ਜਲੂਸ ਕੱਢ ਕੇ ਰੱਖ ਦਿੱਤਾ। ਇਸ ਕਰਕੇ ਮੁੱਖ ਮੰਤਰੀ ਸਾਹਿਬ ਸਪਸ਼ਟ ਕਰੋ ਕਿ ਇਹ ਸੂਬਾ ਜਿਹੜਾ ਚੱਲ ਰਿਹਾ, ਇਹ ਜੋ ਹਾਸੋਹੀਣੀ ਸਥਿਤੀ ਹੋ ਰਹੀ ਹੈ, ਇਹਦੇ ਵਾਸਤੇ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਇਹ ਤੱਥ ਹੁਣ ਸਪਸ਼ਟ ਕਰੋ ਕਿ ਤੁਸੀਂ ਝੂਠੀ ਚਿੱਠੀ ਜਿਹੜੀ ਹੈ ਉਹ ਗਵਰਨਰ ਸਾਹਿਬ ਨੂੰ ਕਿਉਂ ਲਿਖੀ ਸੀ। ਚਿੱਠੀ ਦੇਖ ਕੇ ਹੈਰਾਨ ਹਾਂ ਕਿ ਸਾਡੇ ਪੰਜਾਬ ਦਾ ਸੂਬਾ ਚੱਲ ਕਿਵੇਂ ਰਿਹਾ। ਹੈਰਾਨੀ ਇਸ ਗੱਲ ਦੀ ਹੈ ਕਿ ਪੰਜਾਬ ਦੇ ਵਿੱਚ ਚੀਫ ਸੈਕਟਰੀ ਤੇ ਮੁੱਖ ਮੰਤਰੀ ਦੋਨਾਂ ਦੇ ਵਿੱਚ ਕੋਈ ਤਾਲਮੇਲ ਨਹੀਂ। ਚੰਡੀਗੜ੍ਹ ਦੇ ਐਸਐਸਪੀ ਤੇ ਤਬਾਦਲੇ ਦੇ ਸਬੰਧ ਦੇ ਵਿੱਚ ਅੱਜ ਗਵਰਨਰ ਸਾਹਿਬ ਨੇ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਲਿਖੀ। ਮੈਂ ਚਿੱਠੀ ਦੇਖ ਕੇ ਹੈਰਾਨ ਹਾਂ ਕਿ ਸਾਡੇ ਪੰਜਾਬ ਦਾ ਸੂਬਾ ਚੱਲ ਕਿਵੇਂ ਰਿਹਾ। ਮੁੱਖ ਮੰਤਰੀ ਸਾਹਿਬ ਨੇ ਲਿਖਿਆ ਸੀ ਕਿ ਸਾਡੇ ਕੋਲੋਂ ਪੈਨਲ ਮੰਗਿਆ ਨਹੀਂ ਗਿਆ, ਪਰ ਗਵਰਨਰ ਸਾਹਿਬ ਨੇ ਕਿਹਾ ਕਿ ਪਹਿਲਾਂ 28 ਤਰੀਕ ਨੂੰ ਮੈਂ ਚੀਫ ਸੈਕਟਰੀ ਨਾਲ ਗੱਲ ਕੀਤੀ, 30 ਤਰੀਕ ਨੂੰ DGP ਮਿਲ ਕੇ ਆਇਆ ਔਰ 30 ਤਰੀਕ ਨੂੰ ਹੀ ਐਡਵਾਈਜ਼ਰ ਨੇ ਗੱਲ ਕੀਤੀ ਤੇ ਪੈਨਲ ਮੰਗਿਆ। ਹੈਰਾਨੀ ਇਸ ਗੱਲ ਦੀ ਹੈ ਕਿ ਪੰਜਾਬ ਦੇ ਵਿੱਚ ਚੀਫ ਸੈਕਟਰੀ ਤੇ ਮੁੱਖ ਮੰਤਰੀ ਦੋਨਾਂ ਦੇ ਵਿੱਚ ਕੋਈ ਤਾਲਮੇਲ ਨਹੀਂ। ਹਾਸੋਹੀਣੀ ਚਿੱਠੀ ਗਵਰਨਰ ਸਾਹਿਬ ਨੂੰ ਲਿਖ ਦਿੱਤੀ ਤੇ ਉਹਨਾਂ ਨੇ ਅੱਗੋਂ ਜਵਾਬ ਦੇ ਕੇ ਜਲੂਸ ਕੱਢ ਕੇ ਰੱਖ ਦਿੱਤਾ। ਇਸ ਕਰਕੇ ਮੁੱਖ ਮੰਤਰੀ ਸਾਹਿਬ ਸਪਸ਼ਟ ਕਰੋ ਕਿ ਇਹ ਸੂਬਾ ਜਿਹੜਾ ਚੱਲ ਰਿਹਾ, ਇਹ ਜੋ ਹਾਸੋਹੀਣੀ ਸਥਿਤੀ ਹੋ ਰਹੀ ਹੈ, ਇਹਦੇ ਵਾਸਤੇ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਇਹ ਤੱਥ ਹੁਣ ਸਪਸ਼ਟ ਕਰੋ ਕਿ ਤੁਸੀਂ ਝੂਠੀ ਚਿੱਠੀ ਜਿਹੜੀ ਹੈ ਉਹ ਗਵਰਨਰ ਸਾਹਿਬ ਨੂੰ ਕਿਉਂ ਲਿਖੀ ਸੀ।